ਆਏ ਹੀ ਜ਼ਿੰਮੇਵਾਰ ਜਿੰਨੇ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਤੇ ਫਤਿਹ ਦਾ ਥੋੜਾ ਜਿਹਾ ਨਜ਼ਾਰਾ ਜਿਹਾ ਲੈ ਲਿਓ ਫਿਰ ਤਾਂ ਕਿ ਗੱਲ ਕਰਨ ਦਾ ਥੋੜਾ ਸਵਾਦ ਹੋ ਖਾਲਸਾ ਇਹ ਗਰਮੀ ਦਾ ਮੌਸਮ ਹੈ ਆਪਣੀ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਚੋੜਾ ਬਿਲਕੁਲ ਸਿਰ ਤੇ ਆ ਗਈਆਂ ਨੇ ਸਵਾਲਕ ਸਾਹਿਬ ਪਹਿਲਾਂ ਸਾਰਿਆਂ ਦਾ ਤੁਹਾਡਾ ਆਇਆਂ ਦਾ ਜੀ ਧੰਨਵਾਦ ਕਰਨਗੇ ਆਈ ਹੈ ਉਹਨਾਂ ਨੂੰ ਉਸ ਤੋਂ ਬਾਅਦ ਸਰਦਰਸ਼ਨ ਸਿੰਘ ਜੀ ਸਵਾਲਕ ਤੁਹਾਡਾ ਆਇਆਂ ਦਾ ਸਾਰੇ ਇਸ ਮੀਟਿੰਗ ਦੇ ਵਿੱਚ ਬੈਠੇ ਸਾਡੇ ਜ਼ਿਲ੍ਹਾ ਪ੍ਰਧਾਨ ਗਰੇਵਾਲ ਸਾਹਿਬ ਹਲਕਾ ਦਾਖਾ ਦੇ MLA ਮਨਪ੍ਰੀਤ ਸਿੰਘ ਜੀ ਹਰਿਆਲੀ ਵਿਧਾਨ ਸਭਾ ਹਲਕਾ ਗੈਂਦੇ ਯੂਥ ਵਿੰਗ ਦੇ ਸਰਕਲ ਪ੍ਰਧਾਨ ਸਾਹਿਬਾਨ ਸਾਰਿਆਂ ਨੂੰ ਫਤਿਹ ਬੁਲਾਨਾਮਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਉਣ ਤੇ ਜੀਆਂ ਆਖਦਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਆਪਣੇ ਸਾਰੇ ਮੀਟਿੰਗ ਰੱਖੀ ਗਈ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਸਰਪ੍ਰਸਤ ਬਿਕਰਮ ਸਿੰਘ ਜੀ ਮਜੀਠੀਆ ਧੰਨਵਾਦ ਕਰਨਾ ਵਾ ਹਲਕਾ ਗਿੱਲ ਨੂੰ ਮਾਣ ਦਿੱਤਾ ਵਾ ਇਹ ਜਿਹੜਾ ਅਹੁਦਾ ਧਿਆਨ ਰੱਖਦੇ ਹੋਏ ਅੱਜ ਜਿਹੜੇ ਜਿੰਨੇ ਕਿ ਸਾਡੇ ਮੇਨ ਵਰਕਰ ਨੇ ਉਹ ਵੀ ਬੁਲਾਏ ਗਏ ਨੇ ਜਿਹਦੇ ਵਿੱਚ ਸਰਦਰਸ਼ਨ ਸਿੰਘ ਜੀ ਸਵਾਲਕ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਮਾਣ ਸਨਮਾਨ ਦੇ ਕੇ ਉਹਨਾਂ ਨੂੰ ਪਾਰਟੀ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਸੋ ਜਿੱਥੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਉੱਥੇ ਦਰਸ਼ਨ ਸਿੰਘ ਸਵਾਲਕ ਨੂੰ ਵਧਾਈ ਦਿੰਦਾ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ 'ਚ ਇਸ ਹਲਕੇ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਬਤੌਰ MLA ਵੱਲੋਂ ਹਲਕੇ ਦਾਖੇ ਦੇ ਵਿੱਚ ਅਤੇ ਉਸ ਤੋਂ ਬਾਅਦ ਹਲਕਾ ਗਿੱਲ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਅਤੇ ਬਹੁਤ ਵੱਡੇ ਪੱਧਰ ਦੇ ਵਿਕਾਸ ਦੇ ਕੰਮ ਜਿਹੜੇ ਕਰਵਾਏ ਨੇ ਉਹਦੇ ਨਾਲ ਨਾਲ ਪਹਿਲਾਂ ਉਹਨਾਂ ਨੇ ਪਾਰਟੀ ਦੇ ਜਿਹੜਾ ਪ੍ਰਧਾਨ ਦੇ ਤੌਰ 'ਤੇ ਵੀ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਨਿਭਾਈਆਂ ਸੋ ਉਹਨਾਂ ਦੇ ਕੰਮ ਨੂੰ ਦੇਖਦੇ ਹਾਂ ਇਹ ਪਾਰਟੀ ਨੇ ਮੰਨ ਦਿੱਤਾ ਸੀ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਚੜ੍ਹ ਕੇ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਇਸ ਇਲਾਕੇ ਦੇ ਲੋਕ ਉਹਨਾਂ ਨੂੰ ਦੁਬਾਰਾ MLA ਚੁਣ ਕੇ ਵਿਧਾਨ ਸਭਾ ਦੇ ਭੇਜਣਗੇ ਅਤੇ ਅਗਲੀ ਸਰਕਾਰ ਜਿਹੜੀ ਪੰਜਾਬ ਦੇ ਅੰਦਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਫਿਰ ਵੀ ਅਕਾਲੀ ਦਲ ਵੱਲੋਂ ਸਵਾਲ ਚੁੱਕੇ ਗਏ ਸੀ ਵੈਕਸੀਨੇਸ਼ਨ ਦੀ ਕਮੀ ਨੂੰ ਲੈ ਕੇ ਇਸ ਤੋਂ ਇਲਾਵਾ ਫਤਿਹ ਕਿਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਵੱਖ ਵੱਖ ਰੇਟਾਂ 'ਤੇ ਸਰਕਾਰ ਨੇ ਖਰੀਦੀ ਦੇਖੋ ਸਰਕਾਰ ਹਰ ਪੱਖ ਤੋਂ ਫੇਲ ਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰਾ ਨਹੀਂ ਹੋਇਆ ਅਤੇ ਰੋਜ਼ ਨਵਾਂ ਤੋਂ ਨਵਾਂ ਘੁਟਾਲਾ ਆ ਹੁਣ ਕਰੋਨਾ ਵਾਇਰਸ ਕਰਕੇ ਜੋ ਵੀ ਲੋਕਾਂ ਨੂੰ ਪਰੇਸ਼ਾਨੀ ਉਹਦੇ ਵਿੱਚ ਇਹ ਕੋਈ ਵੀ ਸਿਹਤ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇ ਸੋ ਆ ਰੋਜ਼ ਨਵੇਂ ਘੁਟਾਲੇ ਇਸ ਦੇ ਵਿੱਚ ਆ ਰਹੇ ਨੇ ਸੋ ਕੱਲ੍ਹ ਵੀ ਧਰਨਾ ਲਾਇਆ ਗਿਆ ਸੀਗਾ ਮੰਤਰੀ ਦੀ ਕੋਠੀ ਦੇ ਬਾਹਰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਕਈ ਪ੍ਰੋਟੈਸਟ ਨੇ ਕੀਤੇ ਜਾ ਰਹੇ ਤਾਂ ਜੋ ਲੋਕਾਂ ਨੂੰ ਇਸ ਦੌਰ ਦੇ ਵਿੱਚ ਸਹੀ ਸਿਹਤ ਸਹੂਲਤਾਂ ਨਹੀਂ ਮਿਲ ਸਕਣ ਮੀਟਿੰਗ ਕੀਤੀ ਪ੍ਰੋਗਰਾਮ ਕੈਮਰਾ ਏਜੰਡਾ ਸੀਗਾ ਉਹ ਇਹ ਸੀਗਾ ਸਾਡੇ ਮਾਣਯੋਗ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਗਿੱਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਅਤੇ ਮਾਣ ਬਖਸ਼ਿਆ ਵਾ ਅੱਜ ਸਾਰੇ ਹੀ ਵਰਕਰ ਸਾਹਿਬਾਨ ਜਿਹੜੇ ਮੇਨ ਆਗੂ ਸਾਹਿਬਾਨ ਆਏ ਨੇ ਸਰਕਲ ਪ੍ਰਧਾਨ ਸਾਹਿਬ ਨੇ ਯੂਥ ਆਗੂ ਵਾਲੇ ਨੇ ਬਲਾਕ ਸੰਮਤੀ ਮੈਂਬਰ ਨੇ ਵਰਕਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਵਧਾਈ ਦਿੱਤੀ ਗਈ ਹੈ ਕਿ ਇਹ ਜਿਹੜਾ ਮਾਣ ਮਿਲਿਆ ਵਾ ਇਹ ਗੱਲ ਹਲਕੇ ਨੂੰ ਮਿਲਿਆ ਵਾ ਨਾ ਕਿ ਸ਼ਵਾਲ ਨੂੰ ਮਿਲਿਆ ਸੋ ਅਸੀਂ ਬਾਦਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਤੇ ਗਿੱਲ ਹਲਕੇ ਦੇ ਵਰਕਰ ਸਾਹਿਬਾਨ ਨੂੰ ਅੱਜ ਅਸੀਂ ਵਧਾਈ ਦਿੱਤੀ ਆ ਇਹ ਸਾਡਾ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਸਰ ਕੈਪਟਨ ਸਰਕਾਰ ਵੱਲੋਂ ਲਗਾਤਾਰ ਆਪਣੀ ਉਪਲਬਧੀਆਂ ਨੂੰ ਲੈ ਕੇ ਬੋਲ ਲਗਾਇਆ ਜਾ ਰਿਹਾ ਅਕਾਲੀ ਦਲ ਕਿਸ ਤਰੀਕੇ ਨਾਲ ਕੈਪਟਨ ਸਰਕਾਰ ਦੀ ਫਿਤਰਤ ਆ ਇਹ
पिछले समय विच भी साडी सरकार दे विच कैप्टन सरकार दा जिहड़ा विधानसभा दे विच अपोजिशन लीडर सी चन्नी मानयोग प्रधान साहब ने उन्होंने एक गल पुछी सी भी तुसी सानू एक काम भी गणा दो जिहड़ा कोई पिछली सरकार दे विच कोई डिवेलपमेंट का काम किया। वो कहिंदा जी असीं पैचवर्क जरूर करते हैं होर कुछ करिए ना करिए पैचवर्क तो असीं कीता नवा काम नहीं ना कोई प्रोजेक्ट ना काम वो नहीं उन्होंने बस की करना ना उन्होंने करना ना उन्हें फिर साढ़े किए हुए कामों ही आपके क्रेडिट लैन की कोशिश कर रहे हैं। मेरे गिल हल्के ही 100 करोड़ का कलस्टर साढ़े समय पास हो किश्त उसकी पहली जी साढ़े समय च आ गई 40 करोड़ रुपया मैचिंग ग्रांट असी खर्च किया जोड़ा एम एल ए होकर कहते मैं लेके आया मैंने यही समझ लगी कोई अनपढ़ बंदा कहे गल वक्री आ एक डिप्टी कमिश्नर रह चुका बंदा फिर कहते जी मैं हल्के की नहार बदलती बेड़ा कर्क होया पा सारिया कलोनिया का सड़क टुटिया पे सीवरेज का जोड़ा काम जिते अभी छड़िया से उत्ते रुकया पाया वा वाटर सप्लाई का काम जिते छड़िया से उत्ते रुकया पा जेडे पैसे साढ़े समय दे वह भी नहीं खर्च हो रहे नवा काम की उन्होंने करना। इस अलावा गल करिए वैक्सीनेशन की तुम कल दवाइया की गल करते हो यार नकली शराब यह बेची जाते बना बना के रेता ये बेची जाते हैं कि माड़ा काम है नहीं करते दवाइया की गल तो मुंबली गल है इन्होंने वास्ते